ਤੁਸੀਂ ਕਿਉਂ ਇੰਨੇ ਤਿਆਰ ਹੋ ਕੇ ਬੈਠੇ ਹੋ? ਈਦ ਹੈ ਜੀ, ਆਪ ਵੀ ਤਿਆਰ ਹੋ ਕੇ ਆਏ। ਮੈਂ ਤਾਂ ਕੋਈ ਨਹੀਂ ਤਿਆਰ ਹੋਇਆ। ਅੱਜ ਅੱਜ ਕੀ ਅੱਜ 17 ਮਈ ਹੈ, ਨਾਰਵੇ ਦਾ ਨੈਸ਼ਨਲ ਡੇ। ਤੁਹਾਨੂੰ ਅਸੀਂ ਆਪਣੇ ਝੰਡੇ ਦਿਖਾ ਦਈਏ। ਅੰਮੀ ਨਮਾਜ਼ ਪੜ੍ਹਦੇ ਹਾਂਜੀ, ਇਹ ਸਾਡਾ ਝੰਡਾ ਹੈ। ਮੌਸਮ ਬਹੁਤ ਅੱਛਾ, ਤੁਸੀਂ ਦੇਖ ਰਹੇ ਹੋ ਕਿ ਅੱਜ ਝੰਡਿਆਂ ਦੀਆਂ ਬਹਾਰਾਂ ਆਈਆਂ ਨੇ। ਹਰ ਬੰਦੇ ਨੇ ਝੰਡੇ ਲਾਏ ਨੇ ਆਪਣੀ ਆਪਣੀ ਗੈਲਰੀਜ਼, ਟੈਰਸ ਜਾਂ ਜਿੱਥੇ ਵੀ ਜਗ੍ਹਾ ਮਿਲਦੀ ਹੈ। ਨਾਰਵੇ ਦਾ ਜਿਹੜਾ ਨੈਸ਼ਨਲ ਡੇ ਮਨਾਇਆ ਜਾਂਦਾ ਉਹ ਐਕਚੁਲੀ ਆਜ਼ਾਦੀ ਦਾ ਦਿਨ ਹੀ ਹੈ। ਉਹ ਐਕਚੁਲੀ ਕੰਸਟੀਟਿਊਸ਼ਨ ਡੇ ਹੈ, ਮਤਲਬ ਕਿ ਜਿਸ ਦਿਨ ਨਾਰਵੇ ਦਾ ਆਇਨ ਪਾਸ ਹੋਇਆ ਸੀ। ਅਤੇ ਮੇਰੇ ਖਿਆਲ ਵਿੱਚ ਨਾਰਵੇ ਦੁਨੀਆ 'ਚੋਂ ਬਾਅਦ ਨਹੀਂ, ਸ਼ਾਇਦ ਦੂਸਰਾ ਮੁਲਕ ਹੈ ਕਿ ਜਿੱਥੇ ਫੌਜੀ ਪਰੇਡ ਨਹੀਂ ਹੁੰਦੀ, ਬੱਚਿਆਂ ਦੀ ਪਰੇਡ ਹੁੰਦੀ ਹੈ। ਅੱਜ ਸੁਬਾਹ 10 ਤੋਂ ਲੈ ਕੇ ਤਕਰੀਬਨ 1-2 ਵਜੇ ਤੱਕ ਬੱਚੇ ਸਾਰੇ ਜਿਹੜੇ ਸਕੂਲਾਂ ਦੇ ਜਿਤਨੇ ਬੱਚੇ ਨੇ ਉਹ ਪਰੇਡ ਕਰਦੇ ਨੇ ਆਪਣੇ ਆਪਣੇ ਸਕੂਲਾਂ ਦੇ ਬੈਂਡਸ ਦੇ ਨਾਲ। ਅਤੇ ਬਾਦਸ਼ਾਹ ਦੇ ਮਾਲ ਦੀ ਤਰਫ ਜਾਂਦੇ ਨੇ, ਬਾਦਸ਼ਾਹ ਤੁਹਾਡੀ ਫੈਮਿਲੀ ਗੈਲਰੀ ਵਿੱਚ ਖੜ੍ਹੇ ਹੁੰਦੇ ਨੇ ਅਤੇ ਹੱਥ ਲਾਉਂਦੇ ਨੇ ਅਤੇ ਵਗੈਰਾ ਵਗੈਰਾ। ਅਸੀਂ ਕਾਫੀ ਲੇਟ ਹੋ ਗਏ ਹਾਂ ਐਕਚੁਲੀ, ਹੁਣ 1 ਦਾ ਟਾਈਮ ਹੋਣ ਵਾਲਾ ਸ਼ਾਇਦ। ਅਸੀਂ ਜਾਣਾ ਹੈ ਸ਼ਹਿਰ ਅਤੇ ਸਾਨੂੰ ਨਹੀਂ ਪਤਾ ਸੀ ਕਿ ਦੇਖ ਸਕਾਂਗੇ, ਲੇਕਿਨ ਚਲੋ ਤੁਹਾਨੂੰ ਨਾਲ ਲੈ ਕੇ ਜਾਂਦੇ ਅੱਜ ਅਤੇ ਤੁਹਾਨੂੰ ਦਿਖਾਉਂਦੇ ਨਾਰਵੇ ਦੀ ਨੈਸ਼ਨਲ ਡੇ ਸੈਲੀਬ੍ਰੇਸ਼ਨਸ। ਤੁਸੀਂ ਦੇਖ ਸਕਦੇ ਹੋ ਕਿ ਹਰ ਜਗ੍ਹਾ ਤੁਹਾਨੂੰ ਝੰਡੇ ਹੀ ਝੰਡੇ ਨਜ਼ਰ ਆ ਰਹੇ ਨੇ, ਨਾਰਵੇ ਦੇ ਝੰਡੇ। ਇਹ ਐਕਚੁਲੀ ਵੈਸਟਲੀ ਹੈ ਜਿਹੜਾ ਮੇਰਾ ਇਲਾਕਾ ਹੈ ਜਿੱਥੇ ਮੈਂ ਰਹਿੰਦਾ। ਅਤੇ ਤੁਸੀਂ ਦੇਖ ਸਕਦੇ ਹੋ ਕੈਸਾ ਹੈ, ਅੱਜ ਮੌਸਮ ਅੱਛਾ, ਇਸ ਵਾਸਤੇ ਖੂਬਸੂਰਤ ਨਜ਼ਰ ਆ ਰਿਹਾ ਮਾਸ਼ਾਅੱਲਾ। ਕਿਸ ਬਾਤ ਪੇ ਡਿਸਕਸ਼ਨ ਹੋ ਰਹੀ ਇਤਨੀ? ਕੁੱਤੋਂ ਕੇ ਪਾਸ ਪੇ। ਸ਼ਾਬਾਸ਼। ਦਰਅਸਲ ਕੁੱਤਾ ਮਿਲ ਗਿਆ ਤੁਹਾਨੂੰ ਜਬ ਹਮ ਆ ਰਹੇ ਥੇ। ਤੋ ਆਪਕੋ ਪਤਾ ਹੀ ਹੈ ਮੇਰੀ ਬਹਾਦਰੀ ਤੁਹਾਨੂੰ। ਵੋ ਉਸਨੇ ਚੱਕ ਮਾਰਿਆ ਨਾ ਹੱਥ ਪੇ। ਕਿਸ ਕੇ ਹੱਥ ਪੇ? ਮੇਰੇ ਹੱਥ ਪੇ। ਤਾਸ਼ਾ। ਬਚ ਗਏ ਹੋ? ਨਹੀਂ। ਤਾਸ਼ਾ ਕਹਤੀ ਹੈ ਕਿ ਦਰਦ ਹੋਈ ਹੋਗੀ। ਤੋ ਦਰਦ ਹੋਈ ਹੋਗੀ ਨਾ ਭਾਈ? ਨਾ ਦਰਦ ਨਹੀਂ ਨਾ। ਉਹ ਵੈਸੇ ਮਾਰਦੇ ਹਨ ਮਤਲਬ। ਚਲੇ ਡਾਕਟਰ ਕੇ ਪਾਸ ਪੇ। 14 ਟੀਕੇ ਲਗਵਾਏ। ਇਹ ਲੜਕੀਆਂ ਜਿਹੜੀਆਂ ਗਾਉਂਦੀਆਂ ਹੋਈਆਂ ਗੁਜ਼ਰੀਆਂ ਨੇ, ਉਹਨਾਂ ਨੇ ਜਿਸ ਕਿਸਮ ਦੇ ਕੱਪੜੇ ਪਾਏ ਸੀ, ਅਤੇ ਤੁਸੀਂ ਹੋਰ ਵੀ ਦੇਖੋ ਤਾਂ ਅੱਜ ਬਹੁਤ ਸਾਰੀ ਖਵਾਤੀਨ ਨੇ, ਬਹੁਤ ਸਾਰੀ ਔਰਤਾਂ ਨੇ ਇਸ ਕਿਸਮ ਦੇ ਕੱਪੜੇ ਪਾਏ ਹੋਵਾਂਗੇ। ਇਹ ਨਾਰਵੇ ਦਾ ਟ੍ਰੈਡੀਸ਼ਨਲ ਡਰੈਸ ਹੈ। ਅਤੇ ਐਕਚੁਲੀ ਜ਼ਿਆਦਾਤਰ 17 ਮਈ ਨੂੰ ਜਦੋਂ ਨੈਸ਼ਨਲ ਡੇ ਹੁੰਦਾ ਉਸੇ ਦਿਨ ਨੂੰ ਪਾਉਂਦੇ ਨੇ। ਇਹਨੂੰ ਬੁਨਾਦ ਕਹਿੰਦੇ ਨੇ ਅਤੇ ਇਹ ਐਕਚੁਲੀ ਹਰ ਇਲਾਕੇ ਦਾ ਮੁਖਤਲਿਫ ਹੁੰਦਾ। ਇਹ ਮੈਂ ਅਤੇ ਉਹ ਵੀ ਹੋ ਸਕਦੇ ਸੀ, ਪਰ ਨਹੀਂ। ਸਾਰੋਂ ਖਾਹਿਸ਼ ਐਸੀ ਕਿ ਹਰ ਖਾਹਿਸ਼ ਪੇ ਦਮ ਨਿਕਲੀ। ਇਹ ਮੈਂ ਅਤੇ ਉਹ ਵੀ ਹੋ ਸਕਦੇ ਸੀ, ਪਰ ਨਹੀਂ। Yeah.
ਇਹ ਜਿਹੜੀ ਲੈਫਟ ਸਾਈਡ 'ਤੇ ਤੁਹਾਨੂੰ ਬਿਲਡਿੰਗ ਨਜ਼ਰ ਆ ਰਹੀ ਹੈ, ਇਹ ਨਾਰਵੇ ਦੀ ਪਾਰਲੀਮੈਂਟ ਹੈ, ਮਤਲਬ ਕਿ ਲੋਕ ਸਭਾ ਸ਼ਾਇਦ ਇੰਡੀਆ 'ਚ ਕਹਿੰਦੇ ਨੇ, ਮੈਨੂੰ ਸਹੀ ਪਤਾ ਨਹੀਂ, ਲੇਕਿਨ ਪਾਰਲੀਮੈਂਟ ਹੈ। ਅਤੇ ਜਿਹੜਾ ਤੁਹਾਨੂੰ ਬਿਲਕੁਲ ਐਂਡ 'ਤੇ ਸਾਹਮਣੇ ਦੂਰ ਨਜ਼ਰ ਆ ਰਹੀ ਇੱਕ ਬਿਲਡਿੰਗ, ਉਹ ਬਾਦਸ਼ਾਹ ਦਾ ਮਹਿਲ ਹੈ। ਹੁਣ ਤਾਂ ਤੁਹਾਨੂੰ ਸ਼ਾਇਦ ਜ਼ਿਆਦਾ ਇਸ ਵਕਤ ਨਜ਼ਰ ਨਹੀਂ ਆ ਰਿਹਾ ਕਿਉਂਕਿ ਇਤਨਾ ਦੂਰ ਹੈ, ਲੇਕਿਨ ਅਸੀਂ ਉੱਥੇ ਜਾਵਾਂਗੇ ਅਤੇ ਤੁਹਾਨੂੰ ਦਿਖਾਵਾਂਗੇ ਬਾਹਰੋਂ ਬਾਹਰੋਂ, ਕਿਉਂਕਿ ਅੰਦਰ ਤਾਂ ਸਾਨੂੰ ਜਾਣ ਦੀ ਇਜਾਜ਼ਤ ਨਹੀਂ ਹੈ ਨਾ। ਜਿਹੜਾ ਬੱਚਿਆਂ ਦੀ ਪਰੇਡ ਸੀ ਉਹ ਗੁਜ਼ਰ ਚੁੱਕੀ ਹੈ, ਜ਼ਾਹਿਰ ਹੈ ਸਾਡੇ ਆਉਣ ਤੋਂ ਪਹਿਲਾਂ ਅਸੀਂ, ਸਾਨੂੰ ਤੁਹਾਨੂੰ ਪਤਾ ਕਿ ਤੁਹਾਡੇ ਭਰਾ ਨੂੰ ਜ਼ਰਾ ਮਤਲਬ ਸੁਬਹਾ ਉੱਠਣ ਨਹੀਂ ਨਾ ਹੁੰਦਾ, ਅਤੇ ਇਸ ਵਾਸਤੇ ਹੁਣ ਵੈਸੇ ਬੰਦੇ ਜਾ ਰਹੇ ਨੇ ਇੰਜੋਏ ਕਰਨ ਜਾਂ ਫਿਰ ਟੁਰੇ ਨੇ, ਜਿਹੜੇ ਬੱਚਿਆਂ ਦੀ ਪਰੇਡ ਦੇ ਨਾਲ ਗਏ ਸੀ ਉਹ ਸਿਲਸਿਲਾ ਖਤਮ ਹੋ ਚੁੱਕਿਆ ਹੁਣ। ਇਹ ਜਿਹੜੀਆਂ ਤੁਹਾਨੂੰ ਤਿੰਨ ਕੁੜੀਆਂ ਨਜ਼ਰ ਆ ਰਹੀਆਂ ਨੇ ਜਿਨ੍ਹਾਂ ਨੇ ਇੱਕੋ ਰੰਗ ਦੇ ਕੱਪੜੇ ਪਾਏ ਨੇ, ਇਹ ਐਕਚੁਅਲੀ ਗ੍ਰੈਜੂਏਸ਼ਨ ਤੋਂ ਫਾਰਗ ਹੋ ਰਹੀਆਂ ਨੇ। ਨਾਰਵੇ ਵਿੱਚ ਸਟੂਡੈਂਟ ਜਿਹੜੇ ਗ੍ਰੈਜੂਏਸ਼ਨ ਤੋਂ ਫਾਰਗ ਹੁੰਦੇ ਨੇ ਉਹ 1 ਮਈ ਤੋਂ ਲੈ ਕੇ 17 ਮਈ ਤੱਕ, ਯਾਨੀ ਕਿ ਨੈਸ਼ਨਲ ਡੇ ਤੱਕ, ਅਮੂਮਨ ਜ਼ਿਆਦਾਤਰ ਇਹ ਸੁਰਖ ਲਿਬਾਸੀ ਨਜ਼ਰ ਆਉਂਦੇ ਨੇ ਜਿਹੜੇ ਉਹਨਾਂ ਨੇ ਸਪੈਸ਼ਲ ਸੈਲੀਬ੍ਰੇਸ਼ਨ ਵਾਸਤੇ ਪਾਏ ਹੁੰਦੇ ਨੇ, ਕਿਉਂਕਿ ਉਹ ਬਸ 17 ਦਿਨ ਸੈਲੀਬ੍ਰੇਸ਼ਨ ਵਿੱਚ ਹੀ ਗੁਜ਼ਾਰਦੇ ਨੇ। ਪਾਰਲੀਮੈਂਟ ਆਫ ਨਾਰਵੇ ਐਸੀ ਹੈ, ਇੱਥੇ ਸਾਡੇ ਸਾਰੇ ਵਜ਼ੀਰ ਆਜ਼ਮ ਅਤੇ ਸਿਆਸਤਦਾਨ ਬਹਿ ਕੇ ਸਾਡੀ ਕਿਸਮਤਾਂ ਦੇ ਫੈਸਲੇ ਕਰਦੇ ਨੇ, ਅਤੇ ਉਹ ਸਾਹਮਣੇ ਬਾਦਸ਼ਾਹ ਦਾ ਮਹਿਲ, ਸਾਡਾ ਮਿਸ਼ਨ ਉੱਥੋਂ ਤੱਕ ਜਾਣਾ ਇਸ ਲਈ, ਲੇਕਿਨ ਦੁਨੀਆ ਬਹੁਤ। ਜਿਹੜੇ ਗ੍ਰੈਜੂਏਸ਼ਨ ਤੋਂ ਫਾਰਗ ਹੁੰਦੇ ਨੇ ਜਿਨ੍ਹਾਂ ਨੇ ਸਾਰੇ ਸੁਰਖ ਰੰਗ ਦੇ ਕੱਪੜੇ ਪਾਏ ਹੁੰਦੇ ਨੇ ਜਿਹੜੇ ਤੁਸੀਂ ਦੇਖ ਰਹੇ ਹੋ, ਇਹਨਾਂ ਦੀ ਸਪੈਸ਼ਲ ਗੱਲ ਵੀ ਹੈ ਕਿ ਇਹ ਨਾ ਸਪੈਸ਼ਲ ਆਪਣੇ ਵਿਜ਼ਿਟਿੰਗ ਕਾਰਡਸ 'ਚ ਪਾਉਂਦੇ ਨੇ ਜਿਹੜੇ ਥੋੜ੍ਹੇ ਫਨੀ ਹੁੰਦੇ ਨੇ, ਜਿਹਦੇ 'ਚ ਕੁਛ ਨਾ ਕੁਛ ਫਨੀ ਉਹਨਾਂ ਨੇ ਲਿਖਿਆ ਹੁੰਦਾ, ਅਤੇ ਜਿਤਨੇ ਬੱਚੇ ਨੇ ਇਹਨਾਂ ਕੋਲ ਵਿਜ਼ਿਟਿੰਗ ਕਾਰਡ ਮੰਗਦੇ ਨੇ ਅਤੇ ਬੱਚਿਆਂ ਵਿੱਚ ਤਕਸੀਮ ਕਰਦੇ ਰਹਿੰਦੇ ਨੇ, ਅਤੇ ਬੱਚੇ ਬਸ ਖੁਸ਼ ਹੁੰਦੇ ਨੇ ਕਿ ਸਾਡੇ ਕੋਲ ਜ਼ਿਆਦਾ ਕਾਰਡਸ ਜਮ੍ਹਾਂ ਹੋ ਗਏ ਨੇ। ਇਹ ਜਿਹੜੀ ਬਿਲਡਿੰਗ ਦਾ ਹਿੱਸਾ ਤੁਹਾਨੂੰ ਨਜ਼ਰ ਆ ਰਿਹਾ ਐਕਚੁਅਲੀ ਪਾਰਲੀਮੈਂਟ ਦੀ ਸਾਈਡ ਵਾਲਾ ਹਿੱਸਾ, ਬਾਕੀ ਤੁਹਾਨੂੰ ਇੱਥੇ ਬਹੁਤ ਸਾਰੇ ਲੋਕ ਨਜ਼ਰ ਆ ਰਹੇ ਹੋਣੇ ਨੇ ਟ੍ਰੈਡੀਸ਼ਨਲ ਡਰੈਸ ਵਿੱਚ, ਖਵਾਤੀਨ ਇਤਨੀ ਗਰਮੀ 'ਚ ਮੈਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਕਿਸ ਹਿੰਮਤ ਨਾਲ ਉਹਨਾਂ ਨੇ ਡਰੈਸ ਪਾਇਆ ਹੋਣਾ ਹੈ। ਇਹ ਸਾਰੀਆਂ ਗ੍ਰੈਜੂਏਸ਼ਨ ਵਾਲੀਆਂ ਬੱਚੀਆਂ ਹੁਣ ਐਕਚੁਅਲੀ ਥੱਕ ਹਾਰ ਕੇ ਬੈਠ ਚੁੱਕੀਆਂ ਨੇ। ਇਹ ਜਿਹੜੀ ਤੁਹਾਨੂੰ ਬਿਲਡਿੰਗ ਨਜ਼ਰ ਆ ਰਹੀ ਹੈ ਐਕਚੁਅਲੀ ਯੂਨੀਵਰਸਿਟੀ ਦੀ ਹੈ, ਯੂਨੀਵਰਸਿਟੀ ਆਫ ਓਸਲੋ ਉਹਨਾਂ ਦੀ ਇਹ ਬਿਲਡਿੰਗ ਹੈ, ਅਤੇ ਇੱਥੇ ਇਸ ਵਕਤ ਕੋਈ ਮਿਊਜ਼ੀਕਲ ਪ੍ਰੋਗਰਾਮ ਹੋ ਰਿਹਾ ਐਕਚੁਅਲੀ ਜਾਂ ਕੋਈ ਟ੍ਰੈਡੀਸ਼ਨਲ ਕਿਸਮ ਦਾ, ਜ਼ਾਹਿਰ ਉਹ ਕੋਈ ਇਸ ਕਿਸਮ ਦਾ ਮਿਊਜ਼ਿਕ ਨਹੀਂ ਜਿਹੜਾ ਸਾਨੂੰ ਪਸੰਦ ਆਵੇ ਦਾ, ਲੇਕਿਨ ਫਿਰ ਵੀ ਤੁਸੀਂ ਫਿਲਹਾਲ ਨਰਵੇਜਨ ਜ਼ਬਾਨ ਸੁਣ ਲਓ। ਕੰਸੈਪਟ ਪੂਰਾ ਇਹ ਤੋਂ ਨਾ ਜੰਗ ਫਰੈਂਡਿੰਗਾ ਉਹ ਮੋ ਫਾਈਲਸ ਆਉ ਮੇਲਸ ਡੀਐਨਐਸ ਪਲੱਸ ਵੋਰ ਲਿਟ ਐਲਡਰ ਗਾਰਡ ਦਾ ਕਹਿ ਰਹੇ ਸੀ ਕਿ ਇਹ ਜਿਹੜਾ ਨਾਰਵੇ ਦਾ ਕੌਮੀ ਤਰਾਨਾ ਰਿਹਾ ਡਿਫੈਕਟੋ ਬਹੁਤ ਪਹਿਲਾਂ, ਜਿਹੜਾ ਹੁਣ ਕੌਮੀ ਤਰਾਨਾ ਉਸ ਤੋਂ ਪਹਿਲਾਂ, ਅਤੇ ਮੇਰੇ ਭਾਈ ਦਾ ਤਬਸਰਾ ਤਾਂ ਇਹ ਸੀ ਕਿ ਸ਼ੁਕਰ ਹੈ ਕੌਮੀ ਤਰਾਨਾ ਨਹੀਂ ਹੈ, ਲੇਕਿਨ ਜਿਹੜਾ ਹੁਣ ਕੌਮੀ ਤਰਾਨਾ ਉਹ ਮੈਂ ਤੁਹਾਨੂੰ ਥੋੜ੍ਹਾ ਜਿਹਾ ਸੁਣਾ ਦਿੰਦਾ ਕਿਉਂਕਿ ਤੁਹਾਨੂੰ ਪਤਾ ਲੱਗੇ ਕਿ ਹੁਣ ਕੌਮੀ ਤਰਾਨਾ ਕਿਹੜਾ। ਅਸੀਂ ਹੁਣ ਆਏ ਹਾਂ, ਹੁਣ ਲਾਹਣ ਵੀ ਲੱਗ ਪਏ ਨੇ, ਤਾਂ ਕਹਿੰਦਾ ਜਿਹੜਾ ਜਿੱਥੇ ਬਾਦਸ਼ਾਹ ਖਲੋਂਦਾ ਉਹ ਹਾਂ ਉਹ ਸਾਹਮਣੇ ਬਾਦਸ਼ਾਹ ਅਤੇ ਉਹਦੀ ਫੈਮਿਲੀ ਖੜੀ ਹੁੰਦੀ ਹੈ, ਹੱਥ ਲਾਉਂਦੇ ਨੇ, ਇੱਥੇ ਲੋਕ ਬੈਠੇ ਹੁੰਦੇ ਨੇ ਸੁਬਹਾ ਸੁਬਹਾ, ਮਤਲਬ ਸੁਬਹਾ ਸੁਬਹਾ ਅਸੀਂ, ਸਾਡੀ ਸੁਬਹਾ ਤਾਂ ਹੁਣ ਹੋਈ ਹੈ 3 ਵਜੇ।
आइसक्रीम खरीदने की स्ट्रगल। En sjokolade. To sjokolade. Sjokolade. Tre, ta fire sjokolade du. Ja. Yes. Tusen takk. ਇੱਕ ਨਾ ਅਸਲ ਬੰਦਾ ਬੈਠਿਆ ਹੈ, ਕਾਫ਼ੀ ਹੈਰਾਨੀ ਬਣਦੀ ਹੈ, ਲੋਕ ਹੈਰਾਨ ਵੀ ਹੁੰਦੇ ਨੇ, ਲੇਕਿਨ ਜੇ ਤੁਹਾਨੂੰ ਹਾਲੇ ਤੱਕ ਨਹੀਂ ਪਤਾ ਤਾਂ ਯੂਟਿਊਬ 'ਤੇ ਸਰਚ ਕਰਕੇ ਦੇਖੋ, ਤੁਹਾਨੂੰ ਬੰਦਾ ਪਤਾ ਚੱਲ ਜਾਂਦਾ ਕਿ ਕਿਸ ਤਰ੍ਹਾਂ ਸਿੱਧੀ ਸਿੱਧੀ ਇੱਕ ਟ੍ਰਿਕ ਹੈ ਜਿਹੜੀ ਇਸਤੇਮਾਲ ਹੋ ਰਹੀ ਹੈ ਇੱਥੇ। ਇਹ ਮੈਂ ਤੇ ਉਹ ਵੀ ਹੋ ਸਕਦੇ ਸੀ ਪਰ ਨਹੀਂ। ਬਾਬੂ ਜੀ ਕੀ ਕਰ ਰਹੇ ਹੋ? ਕੂਲ ਪੈਂਡੂਸ। ਇਹ ਜਿਹੜੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਇਹ ਨੋਬਲ ਪੀਸ ਪ੍ਰਾਈਜ਼ ਸੈਂਟਰ ਹੈ। ਇੱਥੇ ਹਰ ਸਾਲ ਅਮਨ ਦਾ ਪੀਸ ਪ੍ਰਾਈਜ਼ ਜਿਹੜਾ ਉਹ ਦਿੱਤਾ ਜਾਂਦਾ ਹੈ ਅਤੇ 2014 ਵਿੱਚ ਇੱਥੇ ਹੀ ਪਾਕਿਸਤਾਨ ਦੀ ਮਲਾਲਾ ਯੂਸਫਜ਼ਈ ਨੂੰ ਅਤੇ ਇੰਡੀਅਨ ਕੈਲਾਸ਼ ਸਥਿਆਰਥੀ ਨੂੰ ਅਵਾਰਡ ਦਿੱਤਾ ਗਿਆ ਸੀ। ਇਹ ਮੈਂ ਤੇ ਉਹ ਵੀ ਹੋ ਸਕਦੇ ਸੀ ਪਰ ਨਹੀਂ। ਬੜੀ ਆਪ ਇੱਜ਼ਤ ਕਰਤੇ ਹੋ ਝੰਡੇ ਕੀ? ਹਾਂ ਜੀ, ਇਸ ਮੁਲਕ ਨੇ ਬਹੁਤ ਕੁਛ ਕੀਆ ਹੈ। ਕਿਆ ਕਰ ਰਹੇ ਹੋ ਆਪ ਲੋਕ? ਲੜ ਰਹੇ ਹਾਂ ਹਮ ਮਸ਼ੀਨ ਸੇ। ਹਾਂ ਜੀ, ਕਰੇ ਜੀ ਬਾਤ ਆਪ। ਕੌਨ ਸੇ ਮਸਲੇ ਹੱਲ ਕਰਨਾ ਚਾਹਤੇ ਹੋ ਆਪ ਦੁਨੀਆ ਕੀ ਇਸ ਵਕਤ? ਦੁਨੀਆ ਮੇਂ ਬਹੁਤ ਬੜਾ ਮਸਲਾ ਚੱਲ ਰਿਹਾ ਹੈ। ਇਹ ਤੋਂ ਮਸਲਾ ਕਸ਼ਮੀਰ ਸੇ ਬੜਾ ਮਸਲਾ ਬਣ ਗਿਆ। ਹਾਂ ਜੀ, ਬਹੁਤ ਜ਼ਿਆਦਾ ਇੰਜੋਏ ਕਰ ਰਹੇ ਹੈ। ਮੇਰੇ ਹਾਲ ਮੈਂ ਆਪਕੋ ਵਾਪਸ ਆ ਜਾਣਾ ਚਾਹੀਏ, ਇਨਕੋ ਆਜ਼ਾਦੀ ਨਹੀਂ ਮਿਲਣੀ ਚਾਹੀਏ ਇਤਨੀ। ਪੂਰਾ ਭਰੋਸਾ? ਪੂਰਾ ਭਰੋਸਾ। ਬਾਕੀ ਯਾ ਬਹੁਤ ਗਲਤ ਕਰ ਰਹੀ ਹੈ ਇਤਨਾ ਭਰੋਸਾ ਕਰਕੇ। ਯਾ ਅੱਜ ਹਮਾਰੇ ਸਾਥ ਹੈ, ਉਹਨਾਂ ਨੇ ਬਾਹਰ ਬਹੁਤ ਚੀਜ਼ਾਂ ਕੀ ਹੈ। ਬਾਕੀ ਇੱਧਰ ਆਏ ਨਾ ਆਪ ਤਾਂ ਪਿੱਛੇ ਪਿੱਛੇ ਆਏ। ਹਾਂ, ਲੇਕਿਨ ਫੈਸਲਾ ਕਿਆ ਹੋਇਆ ਫਿਰ? ਤੁਮ ਜਾਣਾ ਹੈ, ਤੁਮ ਨਹੀਂ ਆਣਾ ਹੈ।
आपको कोई फर्क ही नहीं पड़ता हमें पर नहीं नहीं आपको कोई फर्क ही नहीं पड़ता मैं जानवर से आऊँ چلیں جو بعد میں فیصلہ ہوتا ہے وہ آپ کو پتہ چل جائے گا ہے کیا ہو رہا ہے امی چلو جی مڑے آمدے ہیں جرابا نہ لائی تھی پھر کیا ہو گیا ہیلو میرے گبرو چسکوری تو سونیا سونا کی چسکوری کی حالت میں بالکل ٹھیک ٹھاک امید کرنا تھی بھی بالکل ٹھیک ٹھاک تھے مزے بھی چھو دے من امید ہے کہ تمہیں ویڈیو پسند آئے تھی پلیز میری ویڈیو نو لائک کرتے جاؤ تو شیئر کرو اپنے دوستوں نے پتہ لگے کہ ناروے کا نیشنل ڈے کس طرح منایا جاتا ہے تو چینل نو سبسکرائب کرنا نہ بھولے پلیز